ਆਪਣੇ ਬਜ਼ੁਰਗ ਤੋਂ ਸੁਣਿਆ ਇਸ ਤਰ੍ਹਾਂ ਕਿਹਾ ਕਿਸੇ ਸਹੇਲੀ ਨੇ ਸੋਹਣੀ ਭੈਣੇ ਮੈਥੋਂ ਕਹਿਰ ਦੀ ਬਾਤ ਨਾ ਕਹੀ ਜਾਂਦੀ ਪਾਣਾ ਵਰਤਿਆ ਅੱਜ ਲਾਹੌਰੀ ਉੱਤੇ ਸੋਹਣੀ ਜਿੰਦੜੀ ਦੁੱਖੜੇ ਸਹੀ ਜਾਂਦੀ ਤੱਤੀ ਤਵੀ ਤੇ ਬੈਠੇ ਨੇ ਗੁਰੂ ਅਰਜਨ ਤੱਤੀ ਰੇਤ ਵਿੱਚ ਸੀਸ ਦੇ ਪਈ ਜਾਂਦੀ ਕਿਹਾ ਕਿਸੇ ਸਹੇਲੀ ਨੇ ਸੁਣੀ ਭੈਣੇ ਮੈਥੋਂ ਕਹਿਰ ਦੀ ਬਾਤ ਨਾ ਕਹੀ ਜਾਂਦੀ ਇਸ ਤਰ੍ਹਾਂ ਚੰਦੂ ਦੀ ਨੂੰਹ ਨੂੰ ਕਿਉਂਕਿ ਜਿਹੜੇ ਸਿੱਖ ਉਹਨਾਂ ਦੇ ਸ਼ਰਧਾਲੂ ਸੀ ਉਹਨਾਂ ਚ ਤਾਂ ਹਾਹਾਕਾਰ ਮੱਚ ਗਈ ਸੀ ਕਿਉਂਕਿ ਜੋ ਜ਼ੁਲਮ ਉਹਨਾਂ ਤੇ ਕਰ ਰਹੇ ਸੀਗੇ ਤੇ ਉਹਨਾਂ ਦੇ ਕੰਨੀ ਵੀ ਪੈ ਗਈ ਫੇਰ ਇਹ ਗੱਲ ਹਾਂਜੀ ਚੰਦੂ ਉਹੀ ਜ਼ੁਲਮ ਕਰ ਰਿਹਾ ਹੈ ਅੱਛਾ ਜੀ ਤੇ ਉਹ ਕਹਿੰਦੇ ਨੇ ਕਿ ਫੇਰ ਉਹ ਕਰਲਾ ਉੱਠੀ ਲੋਕ ਲੈਣਾ ਮੈਂ ਪੇਸ਼ ਕਰਾਂ ਹਾਂਜੀ ਉਹਦੇ ਅਸੀਂ ਰਿਕਾਰਡ ਕੀਤਾ ਗੀਤ ਅੱਛਾ ਜੀ ਸਤਿਗੁਰ ਮੇਰੇ ਦੀ ਕੋਈ ਖਬਰ ਲਿਆ ਦਿਓ ਮੈਨੂੰ ਨੀ ਸਤਿਗੁਰ ਮੇਰੇ ਦੀ ਕੋਈ ਖਬਰ ਲਿਆ ਦਿਓ ਮੈਨੂੰ ਰੇਤਾਂ ਤੱਤੀਆਂ ਪਾ ਪਾ ਕਿਹੜਾ ਮੁਖ ਤੇ ਪਾਵੇ ਛਾਲੇ ਕੌਣ ਪਰੀ ਤਮ ਮੇਰੇ ਦੀ ਹਾਏ ਦੇਗਾਂ ਚ ਅਣਖ ਵਾਲੇ ਨਿਸੇਕਾਂ ਵਿੱਚ ਹੱਸਦੇ ਦਾ ਕੋਈ ਦਰਸ ਕਰਾ ਦਿਓ ਮੈਨੂੰ ਨੀ ਸਤਿਗੁਰੂ ਮੇਰੇ ਦੀ ਕੋਈ ਖਬਰ ਲਿਆ ਦਿਓ ਮੈਨੂੰ ਆਖੋ ਜਾ ਕੇ ਉਸ ਪਾਪੀ ਨੂੰ ਜੋ ਪਿਆ ਜ਼ੁਲਮ ਗੁਜ਼ਾਰੇ ਅੱਗ ਤੇਰੀ ਵਿੱਚ ਧਰਮ ਨੀ ਸੜਨਾ ਲੱਖ ਸ਼ੁਗਲ ਕਰ ਕਾਰੇ ਮੈਂ ਦਾਤੇ ਦੇ ਚਰਨ ਚੁੰਮਾ ਬੁਰਾ ਕੋਲ ਪਹੁੰਚਾ ਦਿਓ ਮੈਨੂੰ ਨੀ ਸਤਿਗੁਰੂ ਮੇਰੇ ਦੀ ਕੋਈ ਖਬਰ ਲਿਆ ਦਿਓ ਮੈਨੂੰ ਕਿਉਂਕਿ ਜਿਹੜੀ ਸ਼ਰਧਾ ਹੁੰਦੀ ਆ ਇਨਸਾਨ ਨੂੰ ਉਹਦੇ ਚ ਮਤਲਬ ਕੋਈ ਜਾਤ ਪਾਤ ਮਤਲਬ ਨੀ ਭੇਦ ਭਾਵ ਨਹੀਂ ਹੁੰਦਾ ਕਿਉਂਕਿ ਜਿੱਦਾਂ ਕਿ ਸਹੁਰਾ ਸੀ ਉਹਨਾਂ ਦੇ ਖਿਲਾਫ਼ ਸੀ ਉਹਨਾਂ ਨੇ ਕਿੰਨਾ ਜ਼ੁਲਮ ਕਰ ਰਿਹਾ ਸੀ ਤੇ ਉਹਦੀ ਜਿਹੜੀ ਨੂੰਹ ਸੀਗੀ ਉਹਦੇ ਦਿਲ ਦੇ ਵਿੱਚ ਅਜੇ ਵੀ ਸ਼ਰਧਾ ਸੀਗਾ ਜਿੱਥੋਂ ਤੱਕ ਸੁਣਨ ਨੂੰ ਆਇਆ ਬਲਵੀਰ ਜੀ ਇੱਕ ਥੋੜਾ ਜਿਹਾ ਕਿ ਉਹਨਾਂ ਨੇ ਜਦੋਂ ਗੁਰੂ ਜੀ ਉਹਨਾਂ ਲੈ ਕੇ ਜਾਂਦੇ ਸੀਗੇ ਖਾਣੇ ਲਈ ਉਹਨਾਂ ਨੂੰ ਜਦੋਂ ਉਹਨਾਂ ਨੂੰ ਕੈਦ ਕੀਤਾ ਸੀਗਾ ਤੇ ਉਹਨਾਂ ਨੇ ਗੁਰੂ ਜੀ ਨੇ ਉਹਨਾਂ ਦਾ ਨਹੀਂ ਸੀ ਭੋਜਨ ਛਕਿਆ ਕਿਉਂਕਿ ਫਿਰ ਜਿਹੜੀ ਸੰਗਤ ਸੀਗੀ ਉਹਨਾਂ ਤੋਂ ਇਹ ਸੀਗਾ ਵੀ ਉਹਨਾਂ ਨੇ ਕਹਿਣਾ ਵੀ ਤੁਸੀਂ ਉਹਦੇ ਘਰ ਦਾ ਲੰਗਰ ਛਕਿਆ ਹੈਗਾ ਪਰ ਉਹਨਾਂ ਦੀ ਜਿਹੜੀ ਨੂੰਹ ਸੀਗੀ ਉਹ ਕਿਉਂਕਿ ਦੇਖੋ ਤੁਸੀਂ ਤਾਂ ਗੀਤ ਦੇ ਰਾਹੀਂ ਦੱਸਤਾ ਕਿ ਕਿੰਨੀ ਸ਼ਰਧਾਲੂ ਸੀ ਉਹਨਾਂ ਦੀ ਤੇ ਸ਼ਰਧਾ ਰੱਖਦੀ ਸੀ ਤਾਂ ਉਹਨਾਂ ਦੇ ਕਹਿੰਦੇ ਕਿ ਉਹਨਾਂ ਨੇ ਇਹ ਵਚਨ ਜ਼ਰੂਰ ਮੰਗਿਆ ਸੀ ਕਿ ਮੈਂ ਲੋਕਾਂ ਦੇ ਤਾਨੇ ਨਹੀਂ ਸੁਣਨੇ ਕਿ ਉਹ ਚੰਦੂ ਦੀ ਨੂੰਹ ਜਾ ਰਹੀ ਆ ਜਿਹਦੇ ਸਹੁਰੇ ਨੇ ਸਾਡੇ ਗੁਰੂਆਂ ਤੇ ਗੁਰੂ ਤੇ ਜ਼ੁਲਮ ਕੀਤੇ ਕਿ ਉਹਨਾਂ ਨੇ ਕਿਹਾ ਸੀ ਕਿ ਵੀ ਜਦੋਂ ਤੁਸੀਂ ਆਪਣੀ ਜਿਹੜਾ ਜਿਹੜੀ ਜੋਤੀ ਜੋਤ ਸਮਾਓਗੇ ਉਦੋਂ ਮੈਨੂੰ ਵੀ ਇਹ ਦਵੋ ਤੁਸੀਂ ਵਜੇ ਨਾਲ ਲੈ ਜਿਓ ਕਹਿੰਦੇ ਉਹ ਵੀ ਉਸ ਟਾਈਮ ਤੇ ਹੀ ਜੋਤੀ ਜੋਤ ਸਮਾ ਗਏ ਸੀ ਉਹਦੀ ਨੂੰਹ ਵੀ ਇਹ ਵੀ ਸੁਣਨ ਨੂੰ ਆਇਆ ਹਾਂਜੀ ਮਤਲਬ ਸਾਰੇ ਸ਼ਰਧਾਲੂ ਜਿੰਨੇ ਸੀਗੇ ਹਾਂਜੀ ਹਾਕਾਰ ਮਰਚ ਗਏ ਤਕਰੀਬਨ ਹਾਂਜੀ ਤੇ ਸਾਈ ਮੀਆਂ ਮੀਰ ਆਇਆ ਅੱਛਾ ਜੀ ਜਿਨ੍ਹਾਂ ਨੇ ਕਿ ਜਿਵੇਂ ਕਿ ਆਪਾਂ ਪਹਿਲਾਂ ਅਰਜ਼ ਕੀਤੀ ਕਿ ਅੰਮ੍ਰਿਤਸਰ ਦੀ ਉਹਨਾਂ ਨੇ ਪਤਾ ਲੱਗਿਆ ਸੀ ਹਾਂਜੀ ਤੇ ਉਹ ਸਾਈਂ ਮੀਆਂ ਮੀਰ ਕਿਸ ਤਰ੍ਹਾਂ ਕਹਿ ਰਿਹਾ ਆਪ ਜੀ ਨੂੰ ਇਹ ਗੀਤ ਵਿੱਚ ਪੇਸ਼ ਸੁਣੋ ਹਾਂਜੀ ਮੀਆਂ ਮੀਰ ਆਖਦਾ ਗੁਰੂ ਅਰਜਨ ਪਿਆਰੇ ਕਿਉਂ ਆਪਣੇ ਸਰੀਰ ਉੱਤੇ ਕਸ਼ਟ ਸਹਾਰੇ ਮੀਆਂ ਮੀਰ ਆਖਦਾ ਕਿਉਂ ਦੁਖੜੇ ਚੱਲ ਰਹੇ ਆਪ ਬੈਠ ਕੇ ਕਿਸ ਦਾ ਕਰ ਰਹੇ ਹੋ
जाप बैठ के तुसी गरुक करो आसमान ते तारे मियां मीर आखदा गुरु अर्जन प्यारे मियां मीर आखदा इट इट दिल्ली लाहौर दी खड़का दिया मुगलां दी बादशाही मिट्टी च मिला दिया करां गर्क जमीन तेरे इको ही इशारे मियां मीर आखदा गुरु अर्जन प्यारे मियां मीर आखदा राजदेव जी की कहते हां जी साडा किसे भी नाल नहीं कोई वैर करा मात ता है साई जी कहर करा मात ता है साई जी कहर हो गया ए ज्ञान पचंगे नू अखीर नू जी सत गुरु आख दे साई मिया मीर नू जी सत गुरु आख दे हां जी अपने गुरु अर्जन देव महाराज ने आख्या कि साई मियां मीर जी जेडी करामात है ये ता खुदा दा बहर है ये ता मतलब असि करामात नहीं दिखा सकते परमात्मा दे भाणे विच आपां रहना ते जो कुछ हो रहा ओदे हुकम विच हो रहा मतलब उन्हां को इन्नी करामात सी जे ओ चाहुंदे कुछ कर सकदे सी लेकिन जो उन्हां नूं सजा उन्हां ने दित्ती उन्हां ने हसदे हसदे सजा लै ली हां जी साई मियां मीर को भी काफी शक्ति सी अच्छा जी है ओ भी चाहुंदे ਕਰ ਸਕਦੇ ਜੀ ਦਿੱਲੀ ਤੇ ਲਾਹੌਰ ਖੜਕਾ ਸਕਦਾ ਹਾਂਜੀ ਮੈਂ ਧਰਤੀ ਗਰ ਕਰਦਾ ਸਮਾਨ ਤਾਰੇ ਮਤਲਬ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਸ਼ਾਂਤ ਕੀਤਾ ਹਾਂਜੀ ਮਤਲਬ ਵੀ ਜੋ ਉਹਨਾਂ ਨੂੰ ਸਜ਼ਾ ਮਿਲੀ ਆ ਦੇਖੋ ਕੁਦਰਤ ਦੇ ਵਿੱਚ ਤੁਸੀਂ ਏਦਾਂ ਮਤਲਬ ਜਿਹੜੀ ਕਰਾਮਾਤਾ ਦਿਖਾ ਦੇਣੀਆਂ ਇਹ ਮਤਲਬ ਸਾਧੂਆਂ ਦਾ ਫਕੀਰਾਂ ਦਾ ਕੰਮ ਨਹੀਂ ਫਕੀਰਾਂ ਦਾ ਕੰਮ ਨਹੀਂ ਹੈਗਾ ਹਾਂਜੀ ਤੇ ਉਹ ਤੋਂ ਅੱਗੇ ਫਿਰ ਕੀ ਹੋਇਆ ਹਾਂਜੀ ਉਹਨਾਂ ਨੇ ਮਤਲਬ ਕਹਿੰਦੇ ਨੇ ਕਿ ਤੱਤੀ ਤਵੀ ਤੇ ਬਿਠਾਇਆ ਗਿਆ ਹਾਂਜੀ ਤੱਤੀ ਰੇਤ ਸੀਸ ਵਿੱਚ ਪਾਈ ਗਈ ਤੇ ਗੁਰੂ ਸਾਹਿਬ ਜੀ ਦਾ ਸਰੀਰ ਬਹੁਤ ਸੜ ਚੁੱਕਾ ਸੀਗਾ ਹਾਂਜੀ ਕਹਿੰਦੇ ਛਾਲਿਆਂ ਨਾਲ ਭਰ ਗਿਆ ਸੀ ਜਦੋਂ ਪਾਣੀ ਦੇ ਵਿੱਚ ਉਹਨਾਂ ਨੂੰ ਹਾਂਜੀ ਤੇ ਫਿਰ ਉਹਨਾਂ ਨੇ ਕੀ ਕੀਤਾ ਉਹ ਸਰੀਰ ਚੱਕ ਕੇ ਗੰਗਾ ਵਿੱਚ ਸੋਰੀ ਗੰਗਾ ਕਹਿ ਸੋਰੀ ਰਾਵੀ ਵਿੱਚ ਉਹਨਾਂ ਨੇ ਬਹਾ ਦਿੱਤਾ ਮਤਲਬ ਉੱਥੇ ਉਹਨਾਂ ਦੀ ਸ਼ਹੀਦੀ ਹੋਈ ਫਿਰ ਹਾਂਜੀ ਇਸ ਤਰ੍ਹਾਂ ਸ਼ਹੀਦੀ ਹੋਈ ਉਹਨਾਂ ਦੀ ਹਾਂਜੀ ਤੇ ਲੋਕ ਲਾਈਨਾਂ ਮੈਂ ਅਸੀਂ ਰਿਕਾਰਡ ਕੀਤੀਆਂ ਯਾਦ ਤੋਂ ਮੈਂ ਪੇਸ਼ ਕਰਾਂ ਸਾਡਾ ਰਿਕਾਰਡ ਕੀਤਾ ਗੀਤ ਆ ਦਇਆ ਸਿੰਘ ਦਿਲਵਰ ਦਾ ਲਿਖਿਆ ਤੇ ਉਹ ਆਪਣੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਰਧਾਂਜਲੀ ਆ ਜਾਂਦੀ ਆ ਸ਼ਹੀਦੀ ਨੂੰ ਤੇ ਅਸੀਂ ਉਹ ਰਿਕਾਰਡ ਕੀਤਾ ਇਸ ਤਰ੍ਹਾਂ ਕੀਤਾ ਰਵੀ ਦਿਆ ਪਾਣੀਆਂ ਤੂੰ ਠੋਕਰਾਂ ਨਾ ਮਾਰਵੇ ਮਾਹੀ ਦੇ ਸਰੀਰ ਉੱਤੇ ਛਾਲੇ ਬੇਸ਼ ਮਾਰਵੇ ਰਵੀ ਦਿਆ ਪਾਣੀਆਂ ਤੂੰ ਠੋਕਰਾਂ ਨਾ ਮਾਰਵੇ ਮਾਹੀ ਦੇ ਸਰੀਰ ਉੱਤੇ ਛਾਲੇ ਬੇਸ਼ ਮਾਰਵੇ ਰਵੀ ਦਿਆ ਪਾਣੀਆਂ ਛੱਲਾਂ ਨੂੰ ਸਮੇਟ ਲੈ ਤੂੰ ਲਹਿਰਾਂ ਨੂੰ ਸੰਭਾਲ ਰੱਖ ਸੋਲ ਜਹਿ ਮਾਹੀ ਦੇ ਸਰੀਰ ਦਾ ਖਿਆਲ ਰੱਖ ਫੁੱਲਾਂ ਦੀ ਵੀ ਚੋਟ ਤਾਂ ਸਕੇ ਨਾ ਸਹਾਰਵੇ ਰਾਵੀ ਦਿਆ ਪਾਣੀਆਂ ਤੂੰ ਠੋਕਰਾਂ ਨਾ ਮਾਰਵੇ ਰਾਵੀ ਦਿਆ ਪਾਣੀਆਂ ਅੱਗੇ ਕਿਹੜੀ ਜ਼ਾਲਮਾਂ ਨੇ ਕੱਟ ਹੈ ਗੁਜ਼ਾਰੀ ਵੇ ਲੋਹਾਂ ਤੇ ਬਿਠਾਇਆ ਰੇਤ ਸੀਸ ਵਿੱਚ ਡਾਰੀ ਵੇ ਅੱਗੇ ਕਿਹੜੀ ਜ਼ਾਲਮਾਂ ਨੇ ਕੱਟ ਹੈ ਗੁਜ਼ਾਰੀ ਵੇ ਲੋਹਾਂ ਤੇ ਬਿਠਾਇਆ ਰੇਤ ਸੀਸ ਵਿੱਚ ਡਾਰੀ ਵੇ ਉੱਤੋਂ ਹੋਰ ਵੈਰੀਆ ਤੂੰ ਕਹਿਰ ਨਾ ਗੁਜ਼ਾਰਵੇ ਰਾਵੀ ਦਿਆ ਪਾਣੀਆਂ ਤੂੰ ਠੋਕਰਾਂ ਨਾ ਮਾਰਵੇ ਰਾਵੀ ਦਿਆ ਪਾਣੀਆਂ ਰੱਖੀ ਤੂੰ ਸੰਭਾਲ ਕੇ ਇਹ ਸਿੱਖਾਂ ਦੀ ਅਮਾਨ ਵੇ ਚੁੱਕ ਚੁੱਕ ਕਰੂ ਤੈਨੂੰ ਸਜਦੇ ਜਹਾਨ ਵੇ
ਦਿਲਵਰ ਦੇ ਨਾਲ ਕਰ ਲੈ ਰੱਜ ਰੱਜ ਪਿਆਰ ਵੇ ਰਾਵੀ ਦਿਆ ਪਾਣੀਆਂ ਤੂੰ ਠੋਕਰਾਂ ਨਾ ਮਾਰ ਵੇ ਰਾਵੀ ਦਿਆ ਪਾਣੀਆਂ ਤੂੰ ਠੋਕਰਾਂ ਨਾ ਮਾਰ ਵੇ ਮਾਹੀ ਦੇ ਸਰੀਰ ਉੱਤੇ ਛਲ ਵੇਸ਼ ਮਾਰ ਵੇ ਰਾਵੀ ਦਿਆ ਪਾਣੀਆਂ ਸਾਰਾ ਕੁਛ ਢੁਕਦਾ ਉਹਨਾਂ ਦੇ ਜਿੱਦਾਂ ਕਿ ਸ਼ੁਰੂ ਤੋਂ ਲੈ ਕੇ ਸ਼ਹੀਦੀ ਤੱਕ ਤੇ ਜਿੱਦਾਂ ਕਿ ਅੱਜ ਅਸੀਂ ਦੱਸਦੇ ਜਾਈਏ ਕਿ ਸਾਡੇ ਵੀਰ ਬਲਵੀਰ ਭਚੰਗੀ ਜੀ ਭਚੰਗੀ ਗਰੁੱਪ ਯੂਕੇ ਜਿਨ੍ਹਾਂ ਨੇ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਤੇ ਉਹਨਾਂ ਦੀ ਸ਼ਹੀਦੀ ਤੱਕ ਉਹਨਾਂ ਅਸੀਂ ਅੱਜ ਸ਼ਰਧਾਂਜਲੀ ਭੇਟ ਕੀਤੀ ਆ ਉਹਨਾਂ ਦੀ ਸ਼ਹੀਦੀ ਅਸੀਂ ਆ ਮਹੀਨਾ ਮਨਾ ਰਹੇ ਹਾਂ ਸ਼ਹੀਦੀ ਦਿਨ ਤੇ ਬਲਵੀਰ ਜੀ ਥੋੜਾ ਜਿਹਾ ਹੁਣ ਜਾਣ ਤੋਂ ਪਹਿਲਾਂ ਅਖੀਰ ਤੇ ਉਹਨਾਂ ਦੀ ਸ਼ਹੀਦੀ ਬਾਰੇ ਕੀ ਕਹਿਣਾ ਚਾਹੁੰਦੇ ਆ? ਦੇਖੋ ਜੀ, ਜਿਹੜੀ ਪੰਜਵੀਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਜੀ, ਉਹ ਤੋਂ ਬਾਅਦ ਫਿਰ ਨਾ ਬਾਬਾ ਬੁੱਢਾ ਜੀ ਨੇ ਜੀ ਛੇਵੇਂ ਪਾਤਸ਼ਾਹ ਨੂੰ ਆਖਿਆ ਕਿ ਹੁਣ ਸ਼ਾਂਤੀ ਦਾ ਜ਼ਮਾਨਾ ਨਹੀਂ ਰਿਹਾ। ਅੱਛਾ, ਮੀਰੀ ਪੀਰ ਦੀਆਂ ਦੋ ਤਲਵਾਰਾਂ ਛੇਵੇਂ ਪਾਤਸ਼ਾਹ ਨੇ ਪਹਿਨੀਆਂ, ਇੱਕ ਮੀਰੀ ਦੀ, ਹਾਂਜੀ, ਇੱਕ ਫਕੀਰੀ ਦੀ ਜੀ, ਤੇ ਇੱਕ ਯੋਧੇ ਦੀ। ਸੰਤ ਸਿਪਾਹੀ ਛੇਵੇਂ ਪਾਤਸ਼ਾਹ ਉਸ ਵੇਲੇ ਤਿਆਰ ਵਰ ਤਿਆਰ ਹੋ ਗਿਆ ਸੀਗਾ। ਹਾਂਜੀ, ਤੁਸੀਂ ਕਿਉਂਕਿ ਸੰਤਾਂ ਉੱਤੇ ਬਹੁਤ ਜ਼ੁਲਮ ਜਦੋਂ ਹੋ ਗਿਆ, ਹਾਂਜੀ, ਫੇਰ ਉਹ ਕਹਿੰਦੇ ਨੇ ਕਿ ਤੁਸੀਂ ਪਰਮਾਤਮਾ ਦੀ ਭਗਤੀ ਵੀ ਕਰੋ ਜੀ ਤੇ ਲੇਕਿਨ ਆਪਣੀ ਰੱਖਿਆ ਵੀ ਕਰੋ। ਇਸ ਕਰਕੇ ਛੇਵੇਂ ਪਾਤਸ਼ਾਹ ਨੇ ਫੇਰ ਤਲਵਾਰ 28 ਉੱਥੋਂ ਤਲਵਾਰ ਚੱਕੀ ਆ ਨਾ, ਜਦੋਂ ਜ਼ੁਲਮ ਦਾ ਅੰਤ ਹੋ ਗਿਆ, ਜ਼ੁਲਮ ਦੀ ਹੱਦ ਹੋ ਗਈ, ਹੱਦ ਹੋ ਗਈ, ਮਤਲਬ ਉਹਨਾਂ ਫੇਰ ਉਸ ਵੇਲੇ ਫੇਰ ਤਲਵਾਰ ਚੱਕਣੀ ਜਦੋਂ ਦਸਵੀਂ ਪਾਤਸ਼ਾਹ ਨੇ ਆਖਿਆ, ਹਾਂਜੀ, ਜਿਸ ਵੇਲੇ ਜ਼ੁਲਮ ਦੀ ਹੱਦ ਹੋ ਜਾਏ ਤਲਵਾਰ ਚੱਕਣੀ ਜਾਇਜ਼ ਆ। ਹਾਂਜੀ, ਛੇਵੀਂ ਪਾਤਸ਼ਾਹ ਨੇ ਫੇਰ ਜਿਸ ਵੇਲੇ ਦੇਖਿਆ ਕਿ ਜ਼ੁਲਮ ਦੀ ਹੱਦ ਹੋ ਗਈ, ਹਾਂਜੀ, ਫੋਨ ਕਾਲ ਲੈ ਲਈਏ ਜੀ ਵੀਰ ਜੀ, ਤਲਵਾਰ ਚੱਕ ਲਈ। ਅੱਛਾ ਜੀ, ਹੈਲੋ ਜੀ। ਹੈਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕਿੱਥੋਂ ਬੋਲ ਰਹੇ ਆ? ਬਹਾਦਰ ਸਿੰਘ ਬੋਲ ਰਿਹਾ, ਬਰਮਿੰਘਮ ਕੋਲੋਂ। ਆ ਮੈਂ ਭਾਈ ਸਾਹਿਬ ਦੀ ਆਵਾਜ਼ ਸੁਣੀ, ਬਹੁਤ ਚਿਰਾਂ ਤੋਂ ਸੁਣਦੇ ਆਏ ਆ, ਬਹੁਤ ਚਿਰਾਂ ਤੋਂ। ਹਾਂਜੀ, ਤੇ ਇਹਨਾਂ ਨੂੰ ਆ ਜਿਹੜਾ ਗਾਣਾ ਹੁਣ ਗਾ ਕੇ ਹਟੇ ਆ, ਮੈਂ ਇਹਨਾਂ ਨੂੰ ਰਿਕੁਐਸਟ ਕਰਦਾ, ਇਹਨਾਂ ਦਿਲ ਤੋਂ ਰਿਕੁਐਸਟ, ਇਹ ਜੀ ਇਹਨਾਂ ਨੇ ਐਲਬਮ ਕੱਢੋ। ਆ ਜਿਹੜੀ ਇਹਨਾਂ ਨੂੰ ਬਹੁਤ ਸੂਟ ਕਰਦੀ ਆ, ਹੋਰ ਕਿਸੇ ਨੂੰ ਕੋਈ ਸੂਟ ਨੀ ਕਰਦੀ, ਜਿਵੇਂ ਤਰਜ ਨਾਲ ਗਾ ਕੇ ਹਟੇ ਆ ਕਹਿੰਦਾ, ਹਾਂਜੀ, ਪੰਜਾਬ ਦੇ ਕਹਿੰਦਾ ਜਾਦਾ ਲਿਆਓ ਜੀ, ਦਿਲ ਨੂੰ ਛੂਹਣ ਵਾਲੀਆਂ ਆ ਨਾ ਇਹਨਾਂ ਦੀਆਂ ਤੁਕਾਂ ਤੇ ਇਹਨਾਂ ਦੀ ਆਵਾਜ਼ ਤੇ ਇਹਨਾਂ ਦਾ ਜਿਸ ਤਰੀਕੇ ਨਾਲ, ਬਿਲਕੁਲ, ਹਾਂਜੀ, ਅੱਜ ਮੈਂ ਆਹ ਗਾਣਾ ਗਾਇਆ ਕਹਿੰਦਾ ਇਹ ਜੀ ਤਰਜ ਦੇ ਉੱਤੇ, ਕਹਿੰਦੇ ਇਹਨਾਂ ਨੂੰ ਇੰਨੀ ਸੂਟ ਕਰਦੀ ਹੈ ਬਈ, ਕਿਉਂਕਿ ਆਪਾਂ ਮੈਂ ਹੁਣ ਓਨ ਕੀਤਾ ਸੀ, ਮੈਨੂੰ ਇਕਦਮ ਜਿਵੇਂ ਖਿੱਚ ਲਿਆ ਹੁੰਦਾ, ਕਹਿੰਦਾ ਚਮਕ ਪੱਥਰ ਨੇ, ਹੈ ਕਿ ਨਾ। ਭਾਈ ਸਾਹਿਬ ਦੇਖੇ ਬਹੁਤ ਡੈਡੀਕੇਟਿਡ ਆ, ਇਹਨਾਂ ਨੂੰ ਥਾਂ ਥਾਂ ਦੇਖੀਦਾ, ਬਹੁਤ ਪਿਆਰ ਵਾਲੇ, ਨਾਲੇ ਬਹੁਤ ਵਧੀਆ ਗਾਣੇ ਗਾਉਂਦੇ। ਮੈਂ ਇਹਨਾਂ ਰਿਕੁਐਸਟ ਕਰਦਾ ਬਈ ਕੱਢੋ, ਹੈ ਕਿ ਨਾ, ਅਸੀਂ ਸਪੋਰਟ ਕਰਾਂਗੇ ਜਿਵੇਂ ਵੀ ਹੋ ਸਕਦਾ, ਤੂੰ ਤਾਂ ਕਰੇਂਗੇ ਗੁੱਡੀ, ਹੈ ਕਿ ਨਾ, ਆਪਣਾ ਚੈਨਲ ਤਾਂ, ਹੈ ਕਿ ਨਾ ਜੀ। ਮੈਂ ਇਹਨਾਂ ਨੂੰ ਇਹੀ ਕਹਿਣਾ ਬਈ, ਇੱਕ ਨਾ ਇਹਦੇ ਤੋਂ ਲਵਾ, ਇੱਕ ਅੱਧਾ ਹੋਰ ਲਵਾ ਦੀ ਕੋਈ। ਅੱਛਾ ਜੀ, ਤੁਸੀਂ ਸੁਣੋ ਫੇਰ ਵੀਰ ਜੀ, ਤੁਸੀਂ ਸੁਣੋ ਫੇਰ, ਸਾਡਾ ਟਾਈਮ ਹੋ ਜਾਣਾ ਤੇ ਇਹਨਾਂ ਦੇ ਹੋਰ। ਬਿਲਕੁਲ, ਚੰਗਾ ਜੀ, ਫਿਰ ਵਾਹਿਗੁਰੂ ਖਾਲਸਾ, ਵਾਹਿਗੁਰੂ ਕੀ ਫਤਿਹ ਜੀ। ਹਾਂਜੀ, ਦੇਖੋ ਜਿਹੜੇ ਸੁਣ ਰਹੇ ਆ, ਜਿਨ੍ਹਾਂ ਨੂੰ ਪਤਾ ਆ, ਜਿਨ੍ਹਾਂ ਨੂੰ ਦਿਲ ਨੂੰ ਛੋਇਆ ਆ ਤੇ ਉਹ ਵੀ ਚਾਹੁੰਦੇ ਆ, ਤਾਂ ਦੋ ਲਾਈਨਾਂ ਹੋਰ ਕੀ ਕਹਿੰਦਾ ਭਾਜੀ ਹੁਣ ਦੱਸਾਂ ਕਿ ਸਾਡੇ ਰਿਕਾਰਡ ਜਿਹੜੇ ਆ, ਹਾਂਜੀ, ਰਿਕਾਰਡ ਜਿਹੜੇ ਆ, ਹਾਂਜੀ, ਯੂਟਿਊਬ ਤੇ ਤੁਸੀਂ, ਹਾਂਜੀ, ਕਰ ਸਕਦੇ ਆ। ਹਾਂਜੀ, ਧਾਰਮਿਕ ਗੀਤ ਗੁਰੂ ਨਾਨਕ ਦੇ ਮਹਾਰਾਜ ਅਵਤਾਰ ਦੇ ਅਰਥ ਲੈ ਕੇ, ਜਿਵੇਂ ਕਿ ਫਿਲਮ ਅਰਜ਼ ਕੀਤੀ, ਹਾਂਜੀ, ਤੇ ਬਾਕੀ ਸਿੱਖਾਂ ਸ਼ਹੀਦਾਂ ਦੇ ਵੀ, ਸਾਡੇ ਆਪਣੇ ਦੂਸਰੇ ਗੀਤ ਵੀ, ਹਾਂਜੀ, ਤੁਸੀਂ ਸੁਣ ਸਕਦੇ ਯੂਟਿਊਬ ਤੇ, ਹਾਂਜੀ, ਗਰੁੱਪ ਦੇ ਯੂਟਿਊਬ। ਹਾਂਜੀ, ਮੈਂ ਦੱਸ ਦਿੰਦੀ ਆ, ਹਾਂਜੀ, ਕਿ ਜਿੱਦਾਂ ਕਿ ਤੁਸੀਂ ਵੀਰ ਜੀ ਸੁਣ ਲਿਆ ਹੁਣ ਆਇਆ ਕਿ ਤੁਸੀਂ ਯੂਟਿਊਬ ਤੇ ਜਾ ਕੇ ਇਹਨਾਂ ਦਾ ਨਾਮ ਪਾ ਕੇ ਜਿਹੜੇ ਇਹਨਾਂ ਨੇ ਹੁਣ ਗਾਏ ਹੈਗੇ ਆ, ਜਿਹੜੇ ਸ਼ਬਦ ਗਾਏ ਹੈਗੇ, ਸਾਰੇ ਤੁਸੀਂ ਉਹ ਯੂਟਿਊਬ ਤੇ ਜਾ ਕੇ ਸੁਣ ਸਕਦੇ ਹੋ। ਤੇ ਅਸੀਂ ਹੁਣ ਜਾਣ ਤੋਂ ਪਹਿਲਾਂ, ਕਿਉਂਕਿ ਆਹ ਮਹੀਨਾ ਬਹੁਤ ਦੁੱਖਾਂ ਦਾ ਮਹੀਨਾ ਹੈਗਾ ਆ, ਆਪਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮਹੀਨਾ ਮਨਾ ਰਹੇ ਹਾਂ, ਤੇ ਨਾਲ ਨਾਲ ਹੁਣ 84 ਦਾ ਜੋ ਜ਼ੁਲਮ ਹੋਇਆ, 84 ਦੇ ਵਿੱਚ ਜਿੱਥੇ ਕਿ ਸਾਡੇ ਸਿੰਘਾਂ ਨੂੰ, ਸਾਡੀਆਂ ਸਿੰਘਣੀਆਂ ਨੂੰ ਤੇ ਛੋਟੇ ਛੋਟੇ ਬੱਚਿਆਂ ਨੂੰ ਬੜੇ ਕਹਿੰਦੇ ਹੁੰਦੇ ਬੇਦਰਦੀ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਕਤਲ ਕੀਤਾ ਗਿਆ, ਤੇ ਉਹਨਾਂ ਨੂੰ ਵੀ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ, ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਮੇਰੇ ਵੱਲੋਂ, ਸਾਡੇ ਵੀਰ ਵੱਲੋਂ ਤੇ ਸਾਡੀ ਸਾਰੀ ਸਿੱਖ ਚੈਨਲ ਦੀ ਟੀਮ ਵੱਲੋਂ। ਤੇ ਵੀਰ ਜੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਹਾਂਜੀ, ਆਪਾਂ ਨੇ, ਮੈਨੂੰ ਇੱਕ ਗੁਰੂ ਨਾਨਕ ਦੇ ਮਹਾਰਾਜ ਸ਼ਬਦ ਯਾਦ ਆਉਂਦਾ, ਹਾਂਜੀ, ਏਤੀ ਮਾਰ ਪਈ ਕੁਰਲਾਣੇ ਤੈਂ ਕਿ ਦਰਦ ਨਾ ਆਇਆ। ਅੱਛਾ ਜੀ, ਜੇ ਸਖਤਾ ਸਖਤੇ ਕੋ ਮਾਰੇ,
ਤੇ ਮਨ ਰੋਸ਼ਨ ਹੋਈ। ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਆ, ਉਸ ਵੇਲੇ ਬਾਬਰ ਦੇ ਜ਼ਮਾਨਾ ਸੀਗਾ, ਉਹ ਕਹਿੰਦੇ ਕਿ ਜੇ ਸੂਰਮਾ ਸੂਰਮੇ ਨੂੰ ਮਾਰਦਾ ਹਾਂਜੀ, ਫੇਰ ਕੋਈ ਬਰਾਬਰ ਦਾ ਮੁਕਾਬਲਾ ਹੈ ਨਾ, ਮਤਲਬ ਇੱਕੋ ਜਿਹਾ ਲੜਦੇ ਆ, ਮਤਲਬ ਹਾਂਜੀ, ਜੇ ਮਤਲਬ ਮੋਹਰੋਂ ਵੀ ਗੋਲੀ ਚੱਲ ਰਹੀ, ਇਧਰੋਂ ਵੀ ਗੋਲੀ ਚੱਲ ਰਹੀ, ਤਾਂ ਬਰਾਬਰ ਦਾ ਮੁਕਾਬਲਾ ਹੋਗਾ। ਹਾਂਜੀ, ਜੇ ਹੁਣ ਤੁਸੀਂ ਔਰਤਾਂ ਉੱਤੇ ਗੋਲੀ ਚਲਾ ਰਹੇ ਆ, ਬੱਚਿਆਂ ਤੇ ਗੋਲੀ ਚਲਾ ਰਹੇ ਆ, ਬਜ਼ੁਰਗਾਂ ਤੇ ਗੋਲੀ ਚਲਾ ਰਹੇ, ਫੋਨ ਕਾਲ ਲੈ ਲਈਏ, ਫੋਨ ਕਾਲ ਲੈ ਲਈਏ ਜੀ। ਹੈਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਹੈਲੋ, ਬਹੁਤ ਸੋਹਣਾ ਜੀ ਭਚੰਡੀ ਜੀ, ਮਤਲਬ ਪ੍ਰੋਗਰਾਮ ਜੋ ਸੁਣ ਰਹੇ ਆ, ਹਾਂਜੀ, ਇਹਨਾਂ ਦੀ ਨੌਲੇਜ ਜੋ ਸ਼ੁਰੂ ਦੇ ਵਿੱਚ ਜਵਾਨੀ ਤੋਂ ਲੈ ਕੇ ਮੈਂ ਇਹਨਾਂ ਨੂੰ ਦੇਖਿਆ ਸੁਣਦੇ ਆ, ਤੇ ਜੋ ਇਨਸਾਨ ਇਹੋ ਜਿਹਾ ਜਿਹੜਾ ਹਰ ਟਾਈਪ ਦੇ ਨਾਲ ਸਾਰੇ ਸੋਚ ਰੱਖਦਾ ਹੋਵੇ ਹਰ ਪਾਸੇ ਦੀ, ਜਿਦਾਂ ਜਿਦਾਂ ਇਹਨੇ ਰੋਮਾਂਟਿਕ ਵੀ ਪਹਿਲਾਂ ਉਹ ਵੀ ਸਭ ਕੁਛ ਕੀਤਾ, ਤੇ ਹੁਣ ਜਿੰਨੇ ਇਹਨਾਂ ਦੀ ਧਾਰਮਿਕ ਸੋਝੀ ਆ ਔਰ ਸੋਹਣਾ ਵਿਆਖਿਆ ਕੀਤੀ ਆ, ਮੈਂ ਇਹਨਾਂ ਨੂੰ ਬਹੁਤ ਮੁਬਾਰਕਬਾਦ ਦਿੰਦਾ। ਬਲਦੇਵ ਭਾਜੀ ਜੀ, ਤੁਸੀਂ ਵੋਲਸਲ ਤੋਂ ਬੋਲ ਰਹੇ ਹੋ? ਮੈਂ ਹਰਵਿੰਦਰ, ਹਰਵਿੰਦਰ ਜੀ ਬੋਲਸਲ ਤੋਂ ਬੋਲ ਰਹੇ ਜੀ। ਹਾਂਜੀ, ਹਾਂਜੀ, ਓਕੇ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਥੈਂਕ ਯੂ ਜੀ, ਤੁਹਾਡਾ ਮਿਹਰਬਾਨੀ। ਤੇ ਜਿਹੜਾ ਇੱਕ ਸਿੰਗਰ ਹੈ ਉਹਨੂੰ ਇਤਿਹਾਸ ਦਾ ਵੀ ਪਤਾ ਹੋਣਾ ਚਾਹੀਦਾ। ਹਾਂਜੀ ਹਾਂਜੀ, ਤੇ ਕਿਉਂਕਿ ਜੇ ਤੁਸੀਂ ਰਾਈਟਰ ਆ, ਤੁਹਾਨੂੰ ਵੀ ਫੇਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਡਾ ਕਲਚਰ ਕੀ ਆ, ਬੈਕਗਰਾਉਂਡ ਕੀ ਆ। ਤੇ ਅੱਜ ਸਿੱਖ ਸਾਨੂੰ ਮਤਲਬ ਜਿਦਾਂ ਤੁਸੀਂ ਪਹਿਲਾਂ ਵੀ ਅੱਗੇ ਦੱਸਿਆ, ਇਸ ਸਮੇਂ ਤੇ ਗੁਰਦੁਆਰਾ ਤੋਂ ਭਜਨ ਗਰੁੱਪ ਸ਼ੁਰੂ ਹੋਇਆ, ਦਰਸ਼ਨ ਸਿੰਘ ਭੋਗਲ ਹੋਣਾ ਦੀ ਉਹਨਾਂ ਸਾਨੂੰ ਸਾਰੀ ਹਿਸਟਰੀ। ਹਾਂਜੀ, ਤਿੰਨ ਮਿੰਟ ਰਹਿ ਗਏ, ਤੁਸੀਂ ਸੁਣਾਓ। ਮੈਂ ਕਹਿੰਦੀ ਲਾਹਾ ਲੈ ਲਈਏ, ਸੋਰੀ ਸਾਨੂੰ ਇੰਟਰਪਟ ਕੀਤਾ, ਕਿ ਲਾਹਾ ਲੈ ਲਈਏ, ਕਿ ਵੀਰ ਸਾਡੇ ਹੋਰ ਸੁਣਨਾ ਚਾਹੁੰਦੇ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੇਰਾ ਕੀਆ ਮਿੱਠਾ ਲਾਗੇ, ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਬਹੁਤ ਹੀ ਵਧੀਆ, ਮੈਨੂੰ ਲੱਗਦਾ ਜਿਹੜੇ ਸਾਡੇ ਵਿਊਰਸ ਹੈਗੇ ਆ, ਉਹ ਚਾਹੁੰਦੇ ਹੋਣੇ ਆ ਕਿ ਸਾਡਾ ਜਿਹੜਾ ਟਾਈਮ ਇੱਥੇ ਹੀ ਰੁਕ ਜਾਵੇ, ਤਾਂ ਅਸੀਂ ਹੋਰ ਤੁਹਾਡੇ ਤੋਂ ਸਾਰਾ ਦਿਨ ਇੰਨੀ ਮਿੱਠੀ ਆਵਾਜ਼, ਇੰਨਾ ਸੋਹਣਾ ਜਿਹੜਾ ਮਿਊਜ਼ਿਕ, ਅਤੇ ਇੰਨਾ ਵਧੀਆ ਤਰੀਕੇ ਦੇ ਨਾਲ ਤੁਸੀਂ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ, ਅਤੇ ਨਾਲ ਨਾਲ ਸਾਡੇ 1984 ਦੇ ਜਿਹੜੇ ਸ਼ਹੀਦ ਹੋਏ ਆ, ਮੈਂ ਬਹੁਤੀ ਜਿਹੜੀ ਡਿਟੇਲ ਵਿੱਚ ਤਾਂ ਨਹੀਂ ਜਾਣਨਾ ਚਾਹੁੰਦੀ, ਕਿਉਂਕਿ ਸਾਡੇ ਕੋਲ ਟਾਈਮ ਵੀ ਬਹੁਤ ਥੋੜ੍ਹਾ ਹੈਗਾ, ਅਤੇ ਜਿਹਨਾਂ ਨੇ ਸਾਡਾ ਸਾਥ ਦਿੱਤਾ, ਅੱਜ ਟੈਲੀਫੋਨ ਕੀਤੇ ਆ, ਜਿਹੜੇ ਘਰਾਂ ਦੇ ਵਿੱਚ ਦੇਖ ਵੀ ਰਹੇ ਆ, ਹਮੇਸ਼ਾ ਸਾਥ ਦਿੰਦੇ ਆ, ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ। ਅਤੇ ਨਾਲੇ ਸਾਡੇ ਵੀਰ ਜੀ ਜਿਹੜੇ ਇੱਥੇ ਆਪਣਾ ਟਾਈਮ ਕੱਢ ਕੇ ਬੜੀ ਸਾਰਾ ਕੁਛ ਤੁਹਾਨੂੰ ਗੁਰੂ ਅਰਜਨ ਦੇਵ ਜੀ ਦੀ ਜੀਵਨ ਬਾਰੇ ਸ਼ਹੀਦੀ ਤੱਕ ਸੰਖੇਪ ਦੇ ਵਿੱਚ ਉਹਨਾਂ ਨੇ ਤੁਹਾਡੇ ਰੂਬਰੂ ਕੀਤਾ ਹੈਗਾ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਜਾਣ ਤੋਂ ਪਹਿਲਾਂ ਇੱਕ ਮਿੰਟ ਆ ਤੁਹਾਡੇ ਕੋਲ, ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ? ਇਹ ਚੰਗੀ ਗੁਰੂ ਵੱਲੋਂ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜਿਹਨਾਂ ਟੈਲੀਫੋਨ ਕੀਤੇ, ਪਰਵਿੰਦਰ ਜੀ ਦਾ, ਆਪ ਜੀ ਦਾ ਬਹੁਤ ਧੰਨਵਾਦ ਆ, ਸਾਰੀ ਸਿੱਖ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ, ਸਿੱਖ ਚੈਨਲ ਦਾ ਬਹੁਤ ਧੰਨਵਾਦੀ ਹਾਂ ਜਿਹਨਾਂ ਹਮੇਸ਼ਾ ਚੰਗੀ ਗੁਰੂ ਨੂੰ ਮਾਣ ਬਖਸ਼ਿਆ, ਅਤੇ ਆਉਣੇ ਟਾਈਮ ਵਿੱਚ ਜੋ ਵੀ ਸਾਡਾ ਮਿਊਜ਼ਿਕ ਆਉਂਦਾ ਉਹਨੂੰ ਸਪੋਰਟ ਕਰੋ, ਪਿਛਲੇ 50 ਸਾਲ ਤੋਂ ਤੁਸੀਂ ਸਪੋਰਟ ਕਰ ਰਹੇ ਹੋ, ਤੇ ਮੈਂ ਇੱਕ ਹੋਰ ਵੀ ਜਿਹੜਾ ਨਵਾਂ ਆ ਰਿਹਾ ਆ, ਅਸੀਂ ਉਹਦੀ ਵੀ ਤੁਹਾਨੂੰ ਵਧਾਈ ਦਿੰਨੇ ਆ ਕਿ ਤੁਹਾਡੀ ਇੱਕ ਐਲਬਮ ਹੋਰ ਆ ਰਹੀ ਆ। ਮੈਂ ਚਾਹੁੰਦੀ ਆ ਕਿ ਜਿਹੜੇ ਸਾਡੇ ਵੀਅਰਸ ਹੈਗੇ ਆ, ਤਾਂ ਜਰੂਰ ਸਾਡੇ ਵੀਰ ਜੀ ਨੂੰ ਤੇ ਇਹਨਾਂ ਦਾ ਜਿਹੜੇ ਆ ਰਿਹਾ ਨਵਾਂ ਗੀਤ ਉਹਨੂੰ ਤੁਸੀਂ ਸਪੋਰਟ ਕਰੋ, ਤੇ ਬਾਕੀ ਤੁਸੀਂ ਦੱਸ ਦਿਓ। ਹਾਂਜੀ, ਨਵਾਂ ਗੀਤ ਸਾਡਾ ਆ ਰਿਹਾ ਜਿਹਦਾ ਨਾਮ ਕਮਾਲ ਹੈ, ਕਮਾਲ ਦੀ ਸ਼ਾਇਰੀ ਉਹਦੇ ਵਿੱਚ, ਕਮਾਲ ਦੀ ਮਿਊਜ਼ਿਕ ਆ, ਤੇ ਗਾਇਆ ਤਾਂ ਮੈਂ ਆਪੇ ਹੀ। ਸਪੋਰਟ ਕਰੋ ਜਿਸ ਤਰ੍ਹਾਂ ਤੁਸੀਂ ਪੁਰਾਣੇ 50 ਸਾਲ ਤੋਂ ਤੁਸੀਂ ਸਾਡੀ ਸਪੋਰਟ ਕਰਦੇ ਆ ਰਹੋ, ਨਵੇਂ ਗੀਤਾਂ ਨੂੰ ਤੁਸੀਂ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ, ਚੰਗੀ ਰੂਪ ਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਹਾਂਜੀ, ਹੁਣ ਸਮਾਂ ਹੋ ਗਿਆ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਤੇ
ਜਾਣ ਤੋਂ ਪਹਿਲਾਂ ਸਾਰਿਆਂ ਦਾ ਇੱਕ ਵਾਰ ਫੇਰ ਧੰਨਵਾਦ ਤੇ ਵੀਰ ਜੀ ਤੁਹਾਡਾ ਵੀ ਧੰਨਵਾਦ ਤੇ ਹੁਣ ਹੋ ਗਿਆ ਜੀ ਫਤਿਹ ਸਾਂਝੀ ਕਰਨ ਦਾ ਸਮਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हादसा या अस्पताल की लापरवाही अभी कॉल करें 0800-29-800-29 फॉर अवार्ड विनिंग सर्विस ऑन सीरियस इंजरी और मेडिकल नेग्लिजेंस डोंट डिले क्लेम टुडे बैकिंग यू 100%